ये फूल है, किरण है, सितारा है, शाम है, ये आसमां के नाम जमी का सलाम है। आने का वादा कर गए वो ख्वाब में, इसी खुशी में नींद नहीं आई तमाम रात। तो लीजिए HMV की तरफ से पेश है पम्मी पोहलीदा सुफने विच विया।
ਕੇ ਝੜਾ ਕਰ ਤਾਰੂ ਨੀ ਪਿੰਡੇ ਗੱਭਰੂ ਤਾਂ ਮਾਰ ਦੇ ਉਹ ਪਿੰਡੇ ਗੱਭਰੂ ਤਾਂ ਮਾਰ ਦੇ ਪੀਕ ਠੇਕੇ ਦੀ ਦਾਰੂ ਰੋਂਦੇ ਯਾਰ ਖੜੇ ਕੀ ਮਕਲਾਵਾ ਤਾਰੂ ਰੋਂਦੇ ਯਾਰ ਖੜੇ ਕੀ ਮਕਲਾਵਾ ਤਾਰੂ ਰੋਂਦੇ ਯਾਰ ਖੜੇ ਕੀ ਮਕਲਾਵਾ ਤਾਰੂ ਰੋਂਦੇ ਯਾਰ ਖੜੇ ਗੜਵੀ ਦੁੱਧ ਸਿਰਾਣੇ ਰੱਖ ਚੱਲਿਆ ਟਾਈਮ ਨਾ ਪੀ ਲਈ ਭੁੱਲ ਨਾ ਜਾਈ ਵੇ ਦਿਓਰਾ ਇਹ ਕਾਹਦੇ ਵਾਸਤੇ ਮੈਂ ਤਾਂ ਦੁੱਧ ਕਦੇ ਪੀਤਾ ਹੀ ਨਹੀਂ ਉਹ ਭਾਬੀ ਪਵਾ ਤੂੰ ਦੁੱਧ ਕਦੇ ਨਹੀਂ ਪੀਤਾ ਪਰ ਅੱਜ ਰਾਤ ਨੂੰ ਜ਼ਰੂਰ ਪੀ ਲਈ ਇਹ ਪੀਣਾ ਹੀ ਪੈਣਾ ਆਹੋ ਮੇਰੇ ਹੱਥ ਉਹ ਤੂੰ ਇੱਥੇ ਕੀ ਕਰਦਾ ਓਏ ਬਾਈ ਮੈਨੂੰ ਬੇਬੇ ਨੇ ਭੇਜਿਆ ਸੀ ਭਾਬੀ ਵਾਸਤੇ ਦੁੱਧ ਲੈ ਕੇ ਆਇਆ ਚੱਲ ਠੀਕ ਹੈ ਜਾ ਭੱਜ ਹੁਣ ਚੱਲ ਤੂੰ ਚੱਲ ਚਲੇ ਜਾਂਦੇ ਬਾਈ ਫੇਰ ਨਹੀਂ ਆਉਂਦਾ ਤੂੰ ਤਾਂ ਆ ਜਾ ਓਰਾ ਤੂੰ ਕਾਹ ਤੋਂ ਸੰਗੀ ਜਾਂਦੀ ਹੈ ਬਾਈ ਕੁੰਡਾ ਖੋਲ ਓਏ ਹੁਣ ਕੀ ਹੋਇਆ ਉਹ ਬਾਈ ਜੰਡ ਵਾਲੇ ਖੂਹ ਤੇ ਆਲੂ ਬੀਜਣੇ ਆ ਕਿ ਬਤਾਉਂ ਉਹ ਜਾ ਭਾਜਾ ਮੈਨੂੰ ਨਹੀਂ ਪਤਾ ਆਲੂ ਬੀਜ ਜਾ ਬਤਾਉਂ ਬਾਈ ਕਹਿਣ ਨੂੰ ਹੱਥ ਲਾਉਣਾ ਥੋੜ੍ਹੀ ਨਹੀਂ ਆਉਣਾ ਗਲਤੀ ਨਾ ਹੁਣ ਨਹੀਂ ਮੈਂ ਗਿਆ ਪਾਨੋ ਓਹੋ ਬਾਈ ਕੁੰਡਾ ਖੋਲ ਉਹ ਹੁਣ ਫੇਰ ਕੀ ਹੋ ਗਿਆ ਉਹ ਬਾਈ ਆਪਣੀ ਪਾਣੀ ਦੀ ਵਾਰੀ ਕਿੰਨੇ ਵਜੇ ਆ ਮੈਂ ਭੁੱਲ ਗਿਆ ਸੀ ਉਹ ਜਾ ਮਾਰ ਡੁੱਬ ਕੇ ਪਾਣੀ ਵਿੱਚ ਮੈਨੂੰ ਨਹੀਂ ਪਤਾ ਕਿੰਨੇ ਵਜੇ ਆ ਜਾ ਭੱਜ ਇੱਥੋਂ ਬਾਈ ਚਲੇ ਜਾਂਦੇ ਆ ਕੋਈ ਨਹੀਂ ਬਾਈ ਕਿਤੇ ਸਾਡੇ ਤੇ ਟਾਈਮ ਵੀ ਆਊਗਾ ਇਹ ਦਿਨ ਨਹੀਂ ਰਹਿੰਦੇ ਹਰੇਕ ਤੇ ਸਾਡੇ ਦੀ ਵਾਰੀ ਠੀਕ ਆ ਜਾ ਭੱਜ ਮਸਾਂ ਮਸਾਂ ਮੇਰੀ ਮੁਖਲਾਵੇ ਵਾਲੀ ਰਾਤ ਆਈ ਆ ਐਵੇਂ ਤੰਗ ਕਰੀ ਜਾਂਦਾ ਮੈਂ ਕਿਹਾ ਤੂੰ ਤਾਂ ਆ ਜਾ ਹੁਣ ਗਿਆ ਮੱਦੀ ਹੁਣ ਨਹੀਂ ਆਉਂਦਾ ਹਾਏ ਹਾਏ ਮੈਨੂੰ ਹੱਥ ਨਾ ਲਾਓ ਮੈਂ ਨਹੀਂ ਆਉਣਾ ਮੈਨੂੰ ਬੜੀ ਸੰਗ ਲੱਗਦੀ ਆ ਓਹੋ ਸੰਗ ਲੱਗਦੀ ਆ ਉਹ ਮੈਂ ਕਿਹੜਾ ਬਿਜਲੀ ਦਾ ਖੰਭਾ ਜਿਹੜਾ ਕਰੰਟ ਮਾਰੂਗਾ ਕਮਲੀਏ ਸੰਗਿਆ ਤਾਂ ਨਹੀਂ ਸਰਨਾ ਹਾਏ ਹਾਏ ਮੈਨੂੰ ਡਰ ਵੀ ਬੜਾ ਲੱਗਦਾ ਮੈਂ ਨਹੀਂ ਆਉਣਾ ਕਿਤੇ ਆਈ ਕੁਲਾਵੇ ਵਾਲੀ ਰਾਤ ਤੇਰੀ ਮੇਰੀ ਜ਼ਿੰਦਗੀ ਦੀ ਪਹਿਲੀ ਮੁਲਾਕਾਤ ਓ ਮਸ ਕਿਤੇ ਆਈ ਕੁਲਾਵੇ ਵਾਲੀ ਰਾਤ ਤੇਰੀ ਮੇਰੀ ਜ਼ਿੰਦਗੀ ਦੀ ਪਹਿਲੀ ਮੁਲਾਕਾਤ ਰੂਪ ਤੇਰਾ ਕੁੰਡ ਵਿੱਚੋਂ ਮਾਰ ਲਈ ਸ਼ਿਕਾਨੀ ਪਾਵੇਂ ਬਿਜਲੀ ਦਾ ਬਲਬ ਬੁਝਾ ਦੇ ਚੂੜੇ ਵਾਲੀ ਬਾਂ ਦੇ ਨਾਲ ਕੁੰਡ ਚੁੱਕ ਕੇ ਨੀ ਅੱਗ ਬਲਦੀ ਸੀਨੇ ਚ ਠੰਡ ਪਾ ਦੇ ਚੂੜੇ ਵਾਲੀ ਬਾਂ ਦੇ ਨਾਲ ਕੁੰਡ ਚੁੱਕ ਕੇ ਨੀ ਅੱਗ ਬਲਦੀ ਸੀਨੇ ਚ ਠੰਡ ਪਾ ਦੇ ਮਸਾ ਕਿਤੇ ਆਈ ਮੁਕਲਾਵੇ ਵਾਲੀ ਰਾਤ ਤੇਰੀ ਮੇਰੀ ਜ਼ਿੰਦਗੀ ਦੀ ਪਹਿਲੀ ਮੁਲਾਕਾਤ ਮਸਾ ਕਿਤੇ ਆਈ ਮੁਕਲਾਵੇ ਵਾਲੀ ਰਾਤ ਤੇਰੀ ਮੇਰੀ ਜ਼ਿੰਦਗੀ ਦੀ ਪਹਿਲੀ ਮੁਲਾਕਾਤ ਛੇੜੀ ਨਾ ਕਮੈਂਦੇ ਵਾਲੇ ਹੱਥ ਜੋੜ ਕੇ ਵੀ ਤੇਰੇ ਹਾਣੀਆਂ ਵਾਸਤੇ ਪਾਵਾਂ ਸ਼ਗਨਾਂ ਦੀ ਰਾਤ ਮੈਨੂੰ ਸੰਗ ਲੱਗਦੀ ਵੀ ਕਿਵੇਂ ਕੁੰਡ ਮੁਕੜੇ ਬੀਤਦਾ ਇੱਕ ਇੱਕ ਪਲ ਨੀ ਛੇਤੀ ਅੱਜ ਕਰੀਏ ਪਿਆਰ ਦੀ ਕੋ ਗੱਲ ਨੀ ਪਿਆਰ ਦੀ ਕੋ ਗੱਲ ਨੀ ਲੰਘ ਗਏ ਉਡੀਕਾਂ ਵਾਲੇ ਦਿਨ ਬੱਲੀਏ ਨੀ ਉਸ ਪੌਰ ਦੇ ਉਲਾਂਬੇ ਲਾ ਦੇ ਚੂੜੇ ਵਾਲੀ ਬਾਂਦ ਨਾਲ ਘੁੰਡ ਚੁੱਕ ਕੇ ਨੀ ਅੱਗ ਬਾਲਦੀ ਸੀਨੇ ਚ ਠੰਡ ਪਾ ਦੇ
ਦਾ ਚੁੱਪ ਕਰਕੇ ਵੀ ਤੈਨੂੰ ਰੰਮ ਦਾ ਨਾਲ ਸਮਝਾਵਾਂ। ਸ਼ਗਨਾਂ ਦੀ ਰਾਤ ਮੈਨੂੰ ਸੰਗ ਲੱਗਦੀ ਵੀ ਕਿਵੇਂ ਪੁੰਡ ਮੁੱਕੜੇ ਤੋਂ ਲਾਵਾਂ। ਦੋਵੇਂ ਰਲ ਕੇ ਸਕੀਮ ਇਹ ਬਣਾਉਂਦੇ ਆ, ਵਿਚੋਲਣ ਨੂੰ ਬਾਪੂ ਵਾਲੇ ਕਮਰੇ ਚ ਪਾਉਂਦੇ ਆ ਨੀ, ਕਮਰੇ ਚ ਪਾਉਂਦੇ ਆ। ਫਿਰੂਗੀ ਗਵਾਂਢੀਆਂ ਦੇ ਕੋਲ ਪਿੱਟਦੀ ਨੀ, ਇਹਨੂੰ ਚੰਗੀ ਤਰ੍ਹਾਂ ਨਾਲ ਸਮਝਾ ਦੇ। ਚੂੜੇ ਵਾਲੀ ਬਾਂਹ ਦੇ ਨਾਲ ਕੁੰਡ ਚੁੱਕ ਕੇ ਨੀ ਅੱਗ ਬਾਲਦੀ, ਸੀਨੇ 'ਚ ਠੰਡ ਪਾ ਦੇ। ਬਈ ਪੰਮੀ, ਵਾਕਈ ਤੂੰ ਉਹੋ ਜਿਹੀ ਜਿਹੋ ਜਿਹਾ ਵਿਚੋਲੇ ਨੇ ਦੱਸਿਆ ਸੀ, ਜਮਾ ਤੋਤੀ ਬਾਗ ਲਾਹੌਰ ਵਾਲੀ। ਮੋਟੀਆਂ ਅੱਖਾਂ, ਪਤਲਾ ਨੱਕ, ਧੌਣ ਲੰਮੀ, ਗੋਰਾ ਰੰਗ ਤੇ ਸਰੂ ਵਰਗਾ ਕੱਦ, ਤੇ ਰੰਗ ਤੇਰਾ ਪਤਾ ਕਿੱਦਾਂ ਦਾ, ਜਮਾ ਬਰਫ ਵਰਗਾ ਚਿੱਟਾ ਪਿਆ ਸੌ ਟਾਂਡੀ ਦੀ। ਬਸ ਬਸ ਬਸ, ਬਹੁਤੀਆਂ ਸਿਫਤਾਂ ਨਾ ਕਰੋ। ਕਿਉਂ? ਮੇਰਾ ਜੀ ਪਤਾ ਕੀ ਕਰਦਾ? ਖੋਲ ਕੇ ਦੱਸ ਦੇ ਕੀ ਕਰਦਾ। ਦੱਸਦੇ ਆ, ਮੇਰਾ ਜੀ ਕਰਦਾ ਦਿਨ ਚੜੇ ਹੀ ਨਾ ਰਾਤ ਹੀ ਰਵੇ, ਮੈਂ ਤੇਰੀਆਂ ਬਾਹਾਂ ਵਿੱਚ ਸੁੱਤੀ ਰਵਾਂ। ਪਰਮਾਤਮਾ ਸਾਨੂੰ ਇੱਕ ਦੂਜੇ ਤੋਂ ਕਦੇ ਵੱਖ ਨਾ ਕਰੇ, ਹਮੇਸ਼ਾ ਹਮੇਸ਼ਾ ਅਸੀਂ ਇਕੱਠੇ ਹੀ ਰਹੀਏ। ਹੈ ਕਮਲੀ ਨਾ ਹੋਵੇ ਤਾਂ ਤੇ ਕੰਮ ਬੁੜਾ ਕਰੂ। ਚੱਲ ਚੱਲ ਸੌ ਜਾ, ਹੁਣ ਰਾਤ ਬਹੁਤ ਹੋ ਗਈ ਹੈ, ਰਾਤ ਦੇ 2 ਵੱਜ ਗਏ, ਪਤਾ ਤੜਕ ਉੱਠਣਾ ਵੀ ਆ, ਲੋਕੀ ਕੀ ਆਣਗੇ ਫਿਰ। ਚੱਲ 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 ਚੱਲ। ਬਾਈ ਕੁੰਡਾ ਖੋਲ, ਆ ਤਾਰ ਜੀ ਆਈ ਹੈ, ਡਾਕੀਆ ਫੜਾ ਗਿਆ। ਤਾਰ ਵੇ ਕਿੱਥੋਂ ਆ ਗਈ, ਉਹ ਸੁੱਖ ਹੋਵੇ ਸਹੀ। ਹਾਏ ਹਾਏ, ਮੇਰਾ ਤਾਂ ਕਾਲਜਾ ਹੀ ਡਰੀ ਜਾਂਦਾ, ਪੜੋ ਛੇਤੀ ਇਹਨੂੰ। ਉਹ ਕੰਜਰ ਦਿਓ, ਇਹ ਤਾਂ ਹੋ ਗਈ ਉਹੀ ਗੱਲ ਬਈ। ਹਾਏ ਹਾਏ, ਕਿਹੜੀ ਗੱਲ, ਕੁਛ ਪੜੋਗੇ ਵੀ ਕਿ ਰੌਲਾ ਹੀ ਦੋਵੇਂ ਜਣੇ ਪਾਈ ਜਾਓਗੇ। ਵੈਰੀਆਂ ਨੇ ਬੋਲ ਦਿੱਤਾ ਹੱਲਾ, ਚਿੱਠੀ ਲਿਖ ਕੇ ਸਾਹਿਬ ਨੇ ਪਾਈ ਨੀ। ਫੌਜੀ ਚੱਲਿਆ ਲੜਨ ਲਈ ਹੁੰਦੀ ਸਾਰਾ ਹੱਦਾਂ ਤੇ ਲੜਾਈ ਨੀ। ਫੌਜੀ ਚੱਲਿਆ ਲੜਨ ਲਈ, ਲੱਗਣ ਦੀ ਜੰਗ ਛੁੱਟੀ ਕੱਟ ਕੇ ਤੂੰ ਜਾਈ ਸਾਰੀ, ਲੱਗਣ ਦੀ ਜੰਗ ਛੁੱਟੀ ਕੱਟ ਕੇ ਤੂੰ ਜਾਈ ਸਾਰੀ, ਚਿੱਠੀ ਦੇ ਸਾਹਿਬ ਨੂੰ ਕੱਲ ਵੇ ਅਸਾਂ ਜਾਣਾ ਨੀ ਪਊਦੀਆ ਜਾਣਾ।
ਨੀ ਪਊਦੀਆ ਆਇਆ ਮੁਕਲਾਵਾ ਅੱਜ ਕੱਲ ਵੇ ਸੱਸ ਦਣਾ ਨੀ ਪਊਦੀਆ ਪਹਿਲਾਂ ਜਾ ਕੇ ਨੀ ਵੈਰੀ ਦੇ ਨਾਲ ਲੜੂੰਗਾ ਫਿਰ ਹਾਨਣੇ ਪਿਆਰ ਤੈਨੂੰ ਕਰੂੰਗਾ ਤੇਰਾ ਹੌਲਦਾਰੀ ਆਊ ਜੰਗ ਜਿੱਤ ਕੇ ਲੋੜ ਪਈ ਤਾਂ ਦੇਸ਼ ਲਈ ਮਰੂੰਗਾ ਗਿੱਲੀ ਨਾਲ ਲਾ ਕੇ ਨੀ ਫੜਾ ਦੇ ਤੂੰ ਬੰਦੂਕ ਮੇਰੀ ਵੈਰੀਆਂ ਦੀ ਕਰਾਂ ਮੈਂ ਤਬਾਹੀ ਨੀ ਫੌਜ ਚੱਲਿਆ ਲੜਨ ਲਈ ਚੱਲਿਆ ਲੜਨ ਲਈ ਹੁੰਦੀ ਸਾਰਾ ਹੱਦਾਂ ਤੇ ਲੜਾਈ ਨੀ ਫੌਜ ਚੱਲਿਆ ਲੜਨ ਲਈ ਹਰ ਛੱਡ ਕੇ ਚਮਕ ਜਿਹੀ ਨਾਰੇ ਛੱਡ ਜੰਗ ਲਈ ਹੋ ਗਿਆ ਤਿਆਰ ਵੇ ਕਿੱਦਾਂ ਚੱਲੂੰਗੀ ਵਿਛੋੜਾ ਤੇਰੇ ਹਾਣੀਆਂ ਪਹਿਲਾਂ ਮੇਰੀ ਹੀ ਛਾਤੀ ਤੇ ਗੋਲੀ ਮਾਰੇ ਕਿਹਦੇ ਕੋਲ ਮੈਨੂੰ ਤੂੰ ਵੀ ਆ ਕੇ ਛੱਡ ਚੱਲਿਆ ਕੀਤੀ ਨਾ ਪਿਆਰ ਦੀ ਕੋਈ ਗੱਲ ਵੇ ਅਸਾ ਜਾਣਾ ਨੀ ਪਊਦੀਆ ਜਾਣਾ ਨੀ ਪਊਦੀਆ ਆਇਆ ਮੁਕਲਾਵਾ ਅੱਜ ਕੱਲ ਵੇ ਅਸਾ ਜਾਣਾ ਨੀ ਪਊਦੀਆ ਜੰਗ ਚ ਬਹਾਦਰੀ ਵਿਖਾਉਂਦੇ ਨੇ ਓਏ ਜੱਗ ਵਿੱਚ ਸੂਰਮੇ ਕਹਾਉਂਦੇ ਨੇ ਤੈਨੂੰ ਪਤਾ ਨੀ ਗਵਾਂਢੀ ਦੇਸ਼ ਆਪਣੇ ਸਾਡੇ ਦੇਸ਼ ਨੂੰ ਗੁਲਾਮ ਹੋਇਆ ਚਾਹੁੰਦੇ ਨੇ ਮਾਜਣਾ ਪਵਾ ਦੂ ਜਦੋਂ ਬੋਰਸਿਆਂ ਦੇ ਵਿੱਚ ਜੱਗ ਵੈਰੀਆਂ ਤੇ ਗੋਲੀ ਮੈਂ ਚਲਾਈ ਨੀ ਫੌਜ ਚੱਲਿਆ ਲੜਨ ਲਈ ਚੱਲਿਆ ਲੜਨ ਲਈ ਹੁੰਦੀ ਸਾਰਾ ਹੱਦਾਂ ਤੇ ਲੜਾਈ ਨੀ ਫੌਜ ਚੱਲਿਆ ਲੜਨ ਲਈ ਸਾਡੇ ਅਲੜੇ ਜਵਾਨੀ ਦਿਨ ਪੈਰਾਂ ਦੇ ਸਿਰ ਬਿਨਾਂ ਕਿਵੇਂ ਹਾਣੀਆਂ ਗੁਜ਼ਾਰਾਂਗੇ ਜਿਹੜੇ ਹੱਥਾਂ ਨੂੰ ਲਗਾਈ ਮੈਂ ਦੇ ਚਾਵਾਂ ਨਾਲ ਸਾਰੇ ਹੰਝੂਆਂ ਦੇ ਨਾਲ ਅਸਾ ਜਾਣਾ ਨੀ ਪਊਦੀਆ ਜਾਣਾ ਨੀ ਪਊਦੀਆ ਆਇਆ ਮੁਕਲਾਵਾ ਅੱਜ ਕੱਲ ਵੇ ਅਸਾ ਜਾਣਾ ਨੀ ਪਊਦੀਆ ਮੈਂ ਨੀ ਜਾਣ ਦੇਣਾ ਹਾਏ ਹਾਏ ਮੈਂ ਨੀ ਜਾਣ ਦੇਣਾ ਅਜੇ ਮੇਰੇ ਸ਼ਗਨਾਂ ਦੀ ਮਹਿੰਦੀ ਦਾ ਰੰਗ ਵੀ ਨੀ ਫਿੱਕਾ ਹੋਇਆ ਰੱਜ ਕੇ ਗੱਲਾਂ ਵੀ ਨੀ ਕੀਤੀਆਂ ਤੇ ਮੈਂ ਨੀ ਜਾਣ ਦੇਣਾ ਮੈਂ ਨੀ ਜਾਣ ਦੇਣਾ ਉਹ ਕਮਲੀਏ ਰੋਈ ਜਾਂਦੀ ਤੂੰ ਗੱਲਾਂ ਕਿਹੋ ਜਿਹੀਆਂ ਕਰਦੀ ਹੈ ਅਸੀਂ ਭਾਰਤ ਮਾਂ ਦੇ ਰਾਖੇ ਹਾਂ ਕਮਲੀਏ ਦੁਸ਼ਮਣ ਨੇ ਸਾਡੇ ਦੇਸ਼ ਤੇ ਹੱਲਾ ਬੋਲ ਦਿੱਤਾ ਹੋਵੇ ਤੇ ਮੈਂ ਘਰ ਬੈਠਾ ਰਵਾਂ ਇਹ ਨਹੀਂ ਹੋ ਸਕਦਾ ਤੂੰ ਇੱਕ ਫੌਜੀ ਦੇ ਘਰ ਵਾਲੀ ਹੈ ਹੌਸਲਾ ਰੱਖ ਉਹ ਕਿੱਲੀ ਤੋਂ ਲਾ ਕੇ ਮੇਰੀ ਬੰਦੂਕ ਬੜਾ ਦਿਲ ਕਾ ਤੂੰ ਛੱਡੀ ਬੈਠੀ ਹੈ ਮੈਨੂੰ ਸ਼ਗਨਾ ਨਾਲ ਤੋਰ ਹੱਸ ਹੱਸ ਚੰਗਾ ਫਿਰ ਜਾ ਮੈਂ ਵਾਹਿਗੁਰੂ ਅੱਗੇ ਇਹੀ ਅਰਦਾਸ ਕਰਦੀ ਰਹਾਂਗੀ ਕਿ ਜਿੱਤ ਤੇਰੀ ਹੀ ਹੋਵੇ ਸ਼ਕਲ ਯਾਰ ਮੈਂ ਮਰ ਗਿਆ ਉੱਥੇ ਲੜਦਾ ਹੀ ਵਾਹ
ਵੰਡ ਪੌਜਣੇ ਨੀ ਫੌਜੀ ਜੰਗ ਜਿੱਤ ਕੇ ਆਇਆ ਲੱਡੂ ਵੰਡ ਪੌਜਣੇ ਨੀ ਫੌਜੀ ਜੰਗ ਜਿੱਤ ਕੇ ਆਇਆ ਸਾਹਮਣੇ ਮੈਨੂੰ ਹੌਲਦਾਰ ਤੋਂ ਸੂਬੇਦਾਰ ਬਣਾਇਆ ਸਾਹਮਣੇ ਮੈਨੂੰ ਹੌਲਦਾਰ ਤੋਂ ਸੂਬੇਦਾਰ ਬਣਾਇਆ ਲੱਡੂ ਵੰਡ ਪੌਜਣੇ ਨੀ ਫੌਜੀ ਜੰਗ ਜਿੱਤ ਕੇ ਆਇਆ ਉਹ ਬਹਿ ਜਾ ਮੇਰੇ ਕੋਲ ਮੈਂ ਦੱਸਾਂ ਖੁਸ਼ਖਬਰੀ ਇੱਕ ਤੈਨੂੰ ਨੀ ਸਾਢੇ 500 ਗੌਰਮੈਂਟ ਨੇ ਪੈਨਸ਼ਨ ਲਾਤੀ ਮੈਨੂੰ ਨੀ ਤੋਪਾਂ ਨਾਲ ਮੈਂ ਜਦੋਂ ਮਰੀ ਦਾ ਸੈਵਰ ਜੈਟ ਉਡਾਇਆ ਲੱਡੂ ਵੰਡ ਪੌਜਣੇ ਨੀ ਫੌਜੀ ਜੰਗ ਜਿੱਤ ਕੇ ਆਇਆ ਸਰਹੱਦਾਂ ਤੇ ਜਦੋਂ ਗੋਰੀਏ ਤੇਰਾ ਪਿਆਰ ਸਤਾਉਂਦਾ ਉਹ ਪੀ ਕੇ ਬਰਾਂਡੀ ਰਫਲੇ ਆਪਣੀ ਸੀਨੇ ਦੇ ਨਾਲ ਲਾਉਂਦਾ ਚੰਨ ਗੁਰਾਇਆ ਵਾਲਾ ਤੇਰੀਆਂ ਯਾਦਾਂ ਦਾ ਤਰਸਾਇਆ ਫੌਜਣੇ ਨੀ ਫੌਜੀ ਜੰਗ ਜਿੱਤ ਕੇ ਆਇਆ ਲੱਡੂ ਵੰਡ ਫੌਜਣੇ ਨੀ ਫੌਜੀ ਜੰਗ ਜਿੱਤ ਕੇ ਆਇਆ ਨਾਲੇ ਇੱਕ ਖੁਸ਼ਖਬਰੀ ਹੋਰ ਸੁਣ ਲਾ ਸੁਣਾਵੇ ਉਸ ਸਾਹਿਬ ਨੇ ਮੈਨੂੰ ਹੌਲਦਾਰ ਤੋਂ ਸੂਬੇਦਾਰ ਬਣਾ ਕੇ ਭੇਜਿਆ ਬੱਲੇ 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 ਨਾਲੇ ਹੋਰ ਸੁਣ ਲਾ ਹੁਣ ਮੈਂ ਸਦਾ ਵਾਸਤੇ ਤੇਰੇ ਕੋਲ ਆ ਗਏ ਨਾ ਬਈ ਆ ਤਾਂ ਮਾੜੀ ਗੱਲ ਆ ਹੁਣ ਕਰਾਂਗੇ ਕੀ ਆਪਾਂ ਲੈ ਦੱਸ ਕਮਲੀਏ ਉਹ ਗਾ ਤੂੰ ਵੀ ਲੈਣੀ ਆ ਤੇ ਗਾ ਮੈਂ ਵੀ ਲੈਣਾ ਜਿੱਥੇ ਦੂਜੇ ਕਲਾਕਾਰਾਂ ਦੇ ਫੱਟੇ ਬੋਰਡ ਲੱਗੇ ਨੇ ਉੱਥੇ ਆਪਾਂ ਵੀ ਲਿਖਵਾ ਕੇ ਲਾ ਦਿੰਦੇ ਇੱਕ ਬੋਰਡ ਤੇ ਗਾਉਣਾ ਸ਼ੁਰੂ ਕਰ ਦਿੰਦੇ ਆ ਚੰਗਾ ਜਿਵੇਂ ਕਹਿਣਾ ਉਵੇਂ ਕਰ ਲੈਂਦੇ ਆ ਗਾ ਹੀ ਲਾਂਗੇ ਉਹ ਕਰ ਕੀ ਲੈਨੇ ਆ ਮੈਂ ਤਾਂ ਮੱਦੀ ਨੂੰ ਭੇਜ ਵੀ ਦਿੱਤਾ ਉਹਨੇ ਬੋਰਡ ਲਾ ਵੀ ਦਿੱਤਾ ਹੋਣਾ ਉੱਥੇ ਐਡਾ ਕਾਲਾ ਕੰਮ ਹਾਂ ਐਵੇਂ ਹੀ ਆ
ਬਾਈ ਕੁੰਡਾ ਖੋਲ। ਓਏ ਆ ਗਿਆ ਉਹ ਬਾਈ ਆ ਗਿਆ, ਕੁੰਡਾ ਤਾਂ ਖੁੱਲਾ ਹੀ ਲੰਘਿਆ, ਆ ਜਾ ਉਹਨਾਂ। ਅੱਛਾ ਬਾਈ ਮੈਂ ਕੰਮ ਕਰਿਆ ਜਿਹੜਾ ਤੈਨੂੰ ਦੱਸਿਆ ਸੀ। ਕਿਹੜਾ? ਉਹ ਬੋਰਡ ਮੈਂ ਸਾਹਮਣੇ ਲਾ ਗਿਆ, ਬੱਸ ਸਟੈਂਡ ਦੇ ਸਾਹਮਣੇ ਫਾੜਕਾਂ ਦੇ ਕੋਲੇ ਲਾ ਗਿਆ ਜਿੱਥੇ ਤੂੰ ਮੈਨੂੰ। ਓ ਵੈਰੀ ਗੁੱਡ, ਓ ਵੈਰੀ ਗੁੱਡ, ਬਹੁਤ ਚੰਗਾ ਕੀਤਾ। ਨਾਲ ਹੋਰ ਖੁਸ਼ਖਬਰੀ ਦੱਸਾਂ, ਇੱਕ ਪ੍ਰੋਗਰਾਮ ਵੀ ਬੁੱਕ ਕਰਿਆ। ਉਹ ਖਾੜਾ ਬੁੱਕ ਕਰ ਲਿਆ? ਖਾੜਾ ਖਾੜਾ ਵੀ ਪਤਾ ਕੀਦਾ ਕੀਤਾ? ਟਰੱਕ ਯੂਨੀਅਨ ਗਰਾਇਆ ਦਾ, ਚੰਨ ਗਰਾਇਆ ਵਾਲਾ ਆ ਸੀ ਉਹ। ਬੱਲਿਓ ਮਿੱਤਰਾ, ਬੱਲਿਓ ਮਿੱਤਰਾ, ਲੈ ਗੱਲ ਸੁਣ ਲਾ ਭਾਨੋ। ਲੈ ਜਿਹੜੇ ਆਪਾਂ ਗੀਤ ਤਿਆਰ ਕੀਤੇ ਨਾ ਚੰਨ ਗਰਾਇਆ ਵਾਲੇ ਦੇ, ਉਹ ਟਰੱਕਾਂ ਵਾਲੇ ਜਮਾਂ ਉਹੀ ਗਾਉਣੇ ਜਾ ਕੇ। ਉਹ ਕਿਹੜਾ ਚੰਨ ਗਰਾਇਆ ਵਾਲਾ ਜਿਹਦੇ ਆਪਾਂ ਗਾਣੇ ਗਾਉਂਦੇ ਆ? ਹਾਂ ਚੰਗਾ ਵੀ ਬੜਾ ਮੋਟਾ ਬਾਈ। ਚਲ ਠੀਕ ਆ ਫਿਰ ਗਾ ਲਾਂਗੇ, ਕਿਹੜੀ ਗੱਲ ਨਾ, ਨਾਮ ਨੂੰ ਚੰਗਾ ਦੇਣਗੇ ਵੀ ਡਰਾਈਵਰ ਬਾਈ, ਵੱਟ ਕਰਦਾ ਬਾ। ਠੀਕ ਆ ਚਲੋ ਫਿਰ, ਕਹੇਗਾ ਤਿਆਰੀ ਕਰਕੇ ਆਇਆ ਬਾਈ। ਬਾ ਠੀਕ ਆ, ਤੇ ਗੀਤ ਚੰਨ ਤੇ ਸਾਰੇ ਮੈਨੂੰ ਆਉਂਦੇ ਹੀ ਨੇ। ਚਲ ਠੀਕ ਆ ਫਿਰ, ਚਲ ਠੀਕ ਆ, ਚਲ ਠੀਕ ਆ, ਨਜ਼ਾਰੇ ਬੱਜ ਗਏ ਬਾਈ। ਹਾਂ ਹਾਂ ਨਜ਼ਾਰੇ। ਲੈ ਵੀ ਦੋਸਤੋ ਗੱਲ ਨਹੀਂ ਆ ਵੀ, ਓਹੋ ਉਹ ਬਈ ਆ ਜਿਹੜੇ ਮਿੱਤਰਾਂ ਨੇ ਗੱਡੀਆਂ ਮਗਰ ਸਟਾਰਟ ਕਰਕੇ ਖਲਿਆਰੀਆਂ ਨੇ, ਇਹ ਬੰਦ ਕਰੋ, ਇੱਕ ਰਾਂ ਬੰਦ ਕਰੋ, ਫਿਰ ਪ੍ਰੋਗਰਾਮ ਸ਼ੁਰੂ ਹੋਊਗਾ। ਓਏ ਹਾਰਨ ਕਿਹੜਾ ਵਜਾਈ ਜਾਂਦਾ ਯਾਰ? ਬਾਈ ਜੀ ਐਂ ਨਾ ਕਰੋ, ਆ ਗੱਡੀਆਂ ਦੇ ਹਾਰਨ ਨਾ ਵਜਾਓ, ਪ੍ਰੋਗਰਾਮ ਸ਼ੁਰੂ ਹੋਣ ਲੱਗਾ। ਲਓ ਵੀ ਦੋਸਤੋ, ਸਭ ਤੋਂ ਪਹਿਲਾਂ ਮੈਂ ਚੰਨ ਜੀ ਦਾ ਔਰ ਟਰੱਕ ਯੂਨੀਅਨ ਗੁਰਾਇਆਣਾ ਦਾ ਬੜਾ ਸ਼ੁਕਰ ਗੁਜ਼ਾਰ ਹਾਂ ਜਿਨ੍ਹਾਂ ਨੇ ਸਾਨੂੰ ਤੁਹਾਡੀ ਸੇਵਾ ਕਰਨ ਦਾ ਮੌਕਾ ਬਖਸ਼ਿਆ। ਤਾਂ ਅੱਜ ਦਾ ਪ੍ਰੋਗਰਾਮ ਅਸੀਂ ਤੁਹਾਡੇ ਤੋਂ ਸ਼ੁਰੂ ਕਰਨ ਲੱਗੇ ਹਾਂ, ਯਾਨੀ ਕਿ ਤੁਹਾਡੇ ਗੀਤ ਤੋਂ, ਡਰਾਈਵਰ ਭਰਾਵਾਂ ਦੇ ਗੀਤਾਂ ਤੋਂ ਹੀ। ਗੱਲ ਇਹ ਨਹੀਂ ਵੀ ਇੱਕ ਡਰਾਈਵਰ ਭਰਾ ਕਲਕੱਤੇ ਤੋਂ ਗੇੜਾ ਲਾ ਕੇ ਆਉਂਦਾ, ਲੁਧਿਆਣੇ ਬਾਹਰਲੀ ਚੁੰਗੀ ਦੇ ਕੋਲ ਉਹਨੂੰ ਬੀਬੀ ਟੱਕਰ ਜਾਂਦੀ ਹੈ, ਉੱਥੇ ਕੀ ਘਟਨਾ ਵਾਪਰਦੀ ਹੈ ਲਓ ਸੁਣੋ। ਸੋਹੇ ਬੀਬੀ ਕੌਣ ਖੜੀਆ, ਗੁਰੂ ਜੀ ਬਰੇ ਕਮਾਰੋ, ਠੰਡ ਅੱਜ ਬੜੀ ਆ। ਉਹ ਠੰਡ ਅੱਜ ਬੜੀ ਆ? ਹਾਂ ਓਏ ਉਲੂ ਦਾ ਪੱਠਿਆ, ਮੈਂ ਤੈਨੂੰ ਕਹੀ ਨਾ ਜਾ ਕੇ ਵੇਖ ਬੀਬੀ ਕੌਣ ਖੜੀ ਆ, ਤੂੰ ਕਹੀ ਜਾਂਦਾ ਠੰਡ ਅੱਜ ਬੜੀ ਆ। ਓ ਵੇਖ ਪੁੱਤਰਾ ਸੋਹੇ ਬੀਬੀ ਕੌਣ ਖੜੀ ਆ, ਗੁਰੂ ਜੀ ਬਰੇ ਕਮਾਰੋ, ਠੰਡ ਅੱਜ ਬੜੀ ਆ। ਗੱਡੀ ਦਾ ਕੈਲੰਡਰ ਬਰੇਕ ਕਹਿੰਦਾ ਮਾਰ ਦੇ, ਚੱਕ ਦੂੰਗਾ ਫੱਟੇ ਗੁਰੂ ਜਰਾ ਕੂ ਉਤਾਰ ਦੇ। ਓ ਕੰਜਰ ਦਿਆ, ਇਹ ਗੱਡੀ ਜੀ ਫੱਟੇ ਚੱਕੀ ਜਾਏਗਾ ਕਿ ਜਾ ਕੇ ਬੀਬੀ ਨਾਲ ਵੀ ਗੱਲ ਕਰੇਗਾ? ਔਰ ਬਾਦਸ਼ਾਹ ਇਸ ਵੇਲੇ ਕੋਈ ਬੱਸ ਨਹੀਂ ਜੇ ਜਾਣੀ, ਸਾਡੀ ਡੰਡਾ ਮਰਸਰੀ ਤੇ ਬੈਠੋ, ਤੁਹਾਨੂੰ ਹੁਣੇ ਹੀ ਬੱਸ ਅੱਡੇ ਤੇ ਉਤਾਰ ਦਿੰਦੇ ਆਂ। ਵੀਰਾ ਮੈਂ ਨਹੀਂ ਬੈਠੀ ਤੇਰੇ ਟਰੱਕ ਤੇ, ਹਾਏ ਹਾਏ ਟਰੱਕਾਂ ਵਾਲਿਆਂ ਦੀਆਂ ਨਜ਼ਰਾਂ ਤਾਂ ਚੰਗੀਆਂ ਨਹੀਂ ਹੁੰਦੀਆਂ। ਓ ਕੁੜੀਏ ਸਾਡੇ ਉਸਤਾਦ ਦੀ ਨਜ਼ਰਾਂ ਤੇ ਸ਼ੱਕ ਨਾ ਕਰ, ਉਹਨੇ ਤਾਂ ਪਹਿਲਾਂ ਹੀ ਮਗਰ ਲਿਖ ਕੇ ਲਾਇਆ ਹੋਇਆ, ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ। ਕਿਹਾ ਲਿਖ ਕੇ ਲਾਇਆ ਤਾਂ ਚੰਗਾ, ਮੈਂ ਬਹਿ ਹੀ ਜਾਂਦੀ ਆ। ਓਏ ਮੱਦੀ, ਹਾਂ ਗੁਰੂ, ਉਹ ਤੂੰ ਐ ਕਰ, ਗੱਲ ਸੁਣ ਗੱਲ ਸੁਣ, ਥੋੜਾ ਲੱਗਿਆ ਦੱਸ ਲੈ ਐ ਕਰ, ਤੂੰ ਬਹਿ ਜਾ ਟੂਲ ਤੇ। ਅੱਛਾ, ਅੱਜ ਗੱਡੀ ਦਾ ਲੱਤ ਬਹੁਤ ਉੱਚਾ ਲੱਦਿਆ ਹੋਇਆ, ਅੱਛਾ ਕਿਤੇ ਟ੍ਰੈਫਿਕ ਵਾਲੇ ਚਲਾਨ ਨਾ ਕਰ ਦੇਣ। ਓ ਵਾਹ ਉਸਤਾਦ, ਇਹ ਤੇਰੀਆਂ ਆਤਾਂ ਨਾ ਗਈਆਂ, ਓ ਮਾਰ ਮਾਰਾ ਮੈਂ ਤੇ ਖਾਵੇਂ ਤੂੰ। ਓਏ ਆਹੋ ਆਹੋ ਚੁੱਪ ਕਰ, ਤੂੰ ਚੁੱਪ ਕਰ। ਇਹ ਬੀਬੀ ਆ ਜਾ, ਤੂੰ ਤਾਂ ਬਹਿ ਜਾ। ਟਰੱਕ
ਘੰਟੇ ਵਿੱਚ ਲਾ ਦੂੰਗਾ ਫਲੋਰ ਵਾਲੇ ਪੁਲੀ ਉੱਤੇ ਕਰ ਲੈ ਬਾਰੀ ਦਾ ਸ਼ੀਸ਼ਾ ਬੰਦ ਨੀ ਤੂੰ ਯਾਰਾਂ ਦਾ ਟਰੱਕ ਵੇਖੀ ਭੱਜਦਾ ਕੋਲ ਹੋ ਕੇ ਬਹਿ ਜਾਂਦੀ ਟਰੱਕ ਵੇਖੀ ਭੱਜਦਾ ਟਰੱਕ ਵੇਖੀ ਭੱਜਦਾ ਜਦੋਂ ਦਾ ਨਾਲ ਬਿਠਾਇਆ ਤੈਨੂੰ ਬੋਤਲ ਦਾ ਨਸ਼ਾ ਹੋ ਗਿਆ ਮੈਨੂੰ ਨੀ ਹੋ ਗਿਆ ਮੈਨੂੰ ਜਦੋਂ ਦਾ ਨਾਲ ਬਿਠਾਇਆ ਤੈਨੂੰ ਬੋਤਲ ਦਾ ਨਸ਼ਾ ਹੋ ਗਿਆ ਮੈਨੂੰ ਨੀ ਹੋ ਗਿਆ ਮੈਨੂੰ ਅੱਜ ਕਲਕੱਤੇ ਵੱਲੋਂ ਮੁੜਿਆ ਮਹੀਨੇ ਬਾਅਦ ਚੰਨ ਦਾ ਤੂੰ ਚਿੱਤ ਪਰ ਚਾਰ ਨੀ ਤੂੰ ਯਾਰਾਂ ਦਾ ਟਰੱਕ ਵੇਖੀ ਭੱਜਦਾ ਕੋਲ ਹੋ ਕੇ ਬਹਿ ਜਾਂਦੀ ਟਰੱਕ ਵੇਖੀ ਭੱਜਦਾ ਕੋਲ ਹੋ ਕੇ ਬਹਿ ਜਾਂਦੀ ਟਰੱਕ ਵੇਖੀ ਭੱਜਦਾ ਉਸਤਾਦ ਜੀ ਸਾਨੂੰ ਵੀ ਆਵਾਜ਼ ਮਾਰ ਲੋ ਇਹ ਕਿਹੜਾ ਬਿਜਲੀ ਦਾ ਮੀਟਰ ਏ ਜਿਹੜਾ ਤੁਹਾਨੂੰ ਬਿੱਲ ਪੈ ਜਾਣਾ ਹੈ ਬਾਈ ਦੋਸਤੋ ਆ ਕਾਫੀ ਸਾਰੇ ਨਾਂ ਨੇ ਜਿਹੜੇ ਸੱਜਣਾਂ ਨੇ ਇਨਾਮ ਭੇਜੇ ਨੇ ਨਾਂ ਸੁਣੋ ਕਿਹੜੀਆਂ ਕਿਹੜੀਆਂ ਕੰਪਨੀਆਂ ਚੱਡਾ ਟਰਾਂਸਪੋਰਟ ਕੰਪਨੀ ਨਾਰਦਨ ਕੈਰੀਅਰ ਔਰ ਬਾਸੀ ਟਰਾਂਸਪੋਰਟ ਕੰਪਨੀ ਰਜਿੰਦਰ ਗੁੱਡਸ ਕੈਰੀਅਰ ਸੁਰਿੰਦਰਾ ਗੁੱਡਸ ਕੈਰੀਅਰ ਨਰੇਸ਼ ਗੁੱਡਸ ਕੈਰੀਅਰ ਮਾਲਵਾ ਟਰਾਂਸਪੋਰਟ ਵਾਲੀ ਕੰਪਨੀ ਔਰ ਪਟਿਆਲਾ ਟਰਾਂਸਪੋਰਟ ਕੰਪਨੀ ਮਾਝਾ ਟਰਾਂਸਪੋਰਟ ਕੰਪਨੀ ਅਤੇ ਦਿੱਲੀ ਪੰਜਾਬ ਵਾਲੇ ਜਿਹੜੇ ਸੱਜਣੇ ਇਹ ਇਨਾਮ ਭੇਜਦੇ ਆ ਇਹ ਬਹੁਤ ਸਾਰੇ ਇਨਾਮ ਆ ਮੈਂ ਵੈਸੇ ਪੜ੍ਹ ਕੇ ਤੁਹਾਨੂੰ ਦੱਸ ਨਹੀਂ ਸਕਦਾ ਬਾਕੀ ਜਿਹੜੇ ਸੱਜਣਾ ਨੇ ਇਹ ਡਰਾਈਵਰਾਂ ਦੇ ਗੀਤ ਹੋ ਕੇ ਗੀਤ 'ਤੇ ਖੁਸ਼ ਹੋ ਕੇ ਸਪੈਸ਼ਲ ਨਾਮ ਭੇਜੇ ਨੇ ਉਹ ਕਿਹੜੇ ਕਿਹੜੇ ਨੇ ਸੁਣ ਲਓ ਬਾਬੂ ਰਾਮ ਪ੍ਰਕਾਸ਼ ਗੁਰਦੇਵ ਸਿੰਘ ਕੈਰੋਂ ਮੇਹਰ ਸਿੰਘ ਵਾਸੀ ਜਸਵਿੰਦਰ ਗੁਰਜੀਵਨ ਸਿੰਘ ਗਿਆਨ ਸਿੰਘ ਪਰਵਾਨਾ ਬ੍ਰਿਜਮੋਹਨ ਸ਼ਰਮਾ ਔਰ ਮੰਗਾ ਰੰਗ ਮੰਗਾ ਕੰਗ ਰਾਈਆਂ ਮੇਰੇ ਬਾਈ ਜੀ ਚੰਨ ਗੁਰਾਇਆਂ ਵਾਲੇ ਜੀ ਦੇ ਜਿਹੜੇ ਨਜ਼ਦੀਕੀ ਖਾਸ ਕਰਕੇ ਮਿੱਤਰ ਨੇ ਗੁਪਤਾ ਜੀ ਜਿਹੜੇ ਰਿਕਾਰਡ ਵੇਚਦੇ ਲੁਧਿਆਣੇ ਉਹ ਤਾਰਾ ਸਿੰਘ ਬਿਣਗ ਔਰ ਚਿੰਤਾ ਇਹ ਸੱਜਣ ਸਾਰੇ ਸਪੈਸ਼ਲ ਨਾਮ ਭੇਜਦੇ ਆ ਵੀ ਬਹੁਤ ਸਾਰੇ ਪੈਸੇ ਮੇਰੀ ਤਾਂ ਤੂੰਬੀ ਦੀ ਗੁੱਥ ਦੀ ਭਰਤੀ ਸੱਚੀ ਗੱਲ ਆ ਲਓ ਹੁਣ ਗੱਲ ਇਹ ਨਹੀਂ ਆ ਵੀ ਅੱਗੇ ਮੈਂ ਤੁਹਾਨੂੰ ਲਗਾਤਾਰ ਦੋ ਗੀਤ ਸੁਣਾਉਣਾ ਰੌਲਾ ਨਹੀਂ ਪਾਉਣਾ ਪੰਗੇ ਲੈਂਦੀ ਸੀ ਹੁਣ ਵੱਟ ਜਿਸਮ ਨੂੰ ਝਾੜੂਗਾ ਸਾਡਾ ਭਾਈ ਨਾਗ ਖੜੱਪਾ ਨੀ ਸਿਰ ਚੜ ਕੇ ਫਰਾਟੇ ਸਿਰ ਚੜ ਕੇ ਫਰਾਟੇ ਮਾਰੂਗਾ ਸਿਖਰ ਤੋਂ ਪਰ ਸੀ ਮੈਂ ਨਰਮਾ ਚੁਗਦੀ
ਦਾ ਵਕਤ ਵਿੱਚ ਮੈਨੂੰ ਨੀ ਹਵਾ ਦੇ ਮਰੋਲੇ ਵਿੱਚ ਦੇਰ ਦੀ ਆਵਾਜ਼ ਆਈ ਕੀ ਕਹਿੰਦਾ ਸੀ ਤੈਨੂੰ ਨੀ ਤੇਰੇ ਨਾਲ ਮੈਂ ਲਗਾਣਾ ਤੈਨੂੰ ਛੱਡ ਕੇ ਨਹੀਂ ਜਾਣਾ ਵਾਲੇ ਰੂਹ ਫਿਰਦੀ ਪਟਕਦੀ ਕੁੱਕੜੀ ਵਾਂਗ ਨੱਪ ਲੈਂਦਾ ਉਹ ਖੇਤਾਂ ਵਿੱਚ ਕੱਲੀ ਕੈਰੀ ਵੇਖ ਜਨਾਨੀ ਕੋਈ ਫੜ ਕੇ ਪਤੰਗ ਵਾਂਗੂ ਤੱਕ ਲੈਂਦਾ ਕੋਈ ਹੁੰਦੇ ਨੀ ਉਮਿਤ ਅੱਛਾ ਜਿੱਤ ਕਰਦੇ ਨਾ ਜਿੱਤ ਹਾਏ ਹਾਏ ਛੜੀਆਂ ਦੇ ਪਰੌਠੇ ਵਾਂਗੂ ਰਾੜ ਹੂਗਾ ਸਾਡਾ ਭਾਈ ਨਾਗ ਕੜੱਪਾ ਨੀ ਸਿਰ ਚੜ ਕੇ ਪਰਾਟੇ ਹਾਏ ਹਾਏ ਸਿਰ ਚੜ ਕੇ ਪਰਾਟੇ ਮਾਰੂਗਾ ਸਾਡਾ ਭਾਈ ਨਾਗ ਕੜੱਪਾ ਨੀ ਰੋਜ਼ ਸ਼ਰਾਬੀ ਸੀ ਠੇਕੇ ਦੀ ਇੱਕ ਬੋਤਲ ਮੰਗਾ ਲੈ ਉਹ ਮੀਟ ਖਾਣ ਦਾ ਵੀ ਆਦੀ ਸੀ ਮੇਰੀ ਜਾਨ ਦੀ ਵੀ ਛੱਡ ਕਿਹਦਾ ਛੇਤੀ ਪਾ ਵੱਟ ਸ਼ਹਿਰੋਂ ਮੀਟ ਮੰਗਾ ਲੈ ਵੇ ਮੇਰੇ ਜੀਟ ਪੂਤਨਾ ਤੇ ਮੁੜ ਗਿਆ ਮਰ ਚੱਲੀ ਜਾਨ ਬਚਾ ਲੈ ਵੇ ਮੇਰੇ ਜੀਟ ਪੂਤਨਾ ਤੇ ਮੁੜ ਗਿਆ ਕਿਸ ਛੜੇ ਸਾਧ ਕੋਲ ਜਾਣਾ ਪਊ ਕਿਹਦੇ ਕੋਲ ਆਖੂਗਾ ਮੰਗਵਾਉਣਾ ਪਊ ਮੈਂ ਮਰ ਚੱਲੀ ਮੇਰੀ ਜਾਨ ਬਚਾ ਕਰ ਦੂਗਾ ਕੰਮ ਪੁਰਾਇਆ ਵਾਲਾ ਚੰਨ ਚਿਮਟੇ ਨਾਲ ਭੂਤ ਉਤਾਰੂਗਾ ਸਾਡਾ ਪਾਈ ਨਾਗ ਕੜੱਪਾ ਨੀ ਸਿਰ ਚੜ ਕੇ ਪਰਾਟੇ ਸਿਰ ਚੜ ਕੇ ਪਰਾਟੇ ਮਾਰੂਗਾ ਸਾਡਾ ਪਾਈ ਨਾਗ ਕੜੱਪਾ ਨੀ ਸਿਰ ਚੜ ਕੇ ਪਰਾਟੇ ਖੜੀ ਹੋ ਕੇ ਸਾਡੀ ਗੱਲ ਸੁਣਨੀ ਗੋਰੀਏ ਹਾਂ ਮੱਖਣਾ ਤੂੰ ਬੁਲਾਵਾਂ ਗੰਨੇ ਦੀਏ ਮਿੱਠੀਏ ਪੂਰੀਏ ਨਾ ਮੱਖਣਾ ਜਦੋਂ ਦੀ ਜਵਾਨੀ ਬਿੱਲੋ ਤੇਰੇ ਉੱਤੇ ਆਈ ਸਾਰੇ ਪਿੰਡ ਵਿੱਚ ਮੱਚਿਆ ਪੁਚਾਲ ਨੀ ਫਕਰਾਂ ਨੂੰ ਪੱਟ ਸੁੱਟਿਆ ਆਹ ਨੀ ਫਕਰਾਂ ਨੂੰ ਪੱਟ ਸੁੱਟਿਆ ਹਲ ਚੜਿਆ ਸੋਲਵਾਂ ਸਾਲ ਨੀ ਫਕਰਾਂ ਨੂੰ ਪੱਟ ਸੁੱਟਿਆ ਵੰਗਾ ਵਿੱਚ ਚੜਾਈਏ ਗੱਲ ਦਸ ਦਿਨ ਸੰਗੇ ਆਵੇ ਦਸ ਬੱਲੀਏ ਵੰਗਾ ਦੇ ਬਹਾਨੇ ਬਾਬਾ ਬੀੜੀ ਨੂੰ ਮਰੋੜੀ ਜਾਵੇ ਪੱਚ ਬੱਲੀਏ ਕਾਲਜ ਨੂੰ ਜਾਵਾਂ ਜਦੋਂ ਪਿੰਡ ਦੇ ਜਵਾਨ ਮੁੰਡੇ ਹਾਏ ਹਾਏ ਕਰਦੇ ਨੇ ਸਾਰੇ ਮੇਰਾ ਬੱਧਰਾ ਕੱਖ ਨਾ ਰਹੇ ਬੁਰਾ ਰੰਗ ਦੇ ਕੇ ਪਾਏ ਤੇ ਪੁਹਾੜੇ ਮੇਰਾ ਬੱਧਰਾ ਕੱਖ ਨਾ ਰਹੇ ਰਾਂਝੇ ਵਾਂਗੂ ਛੱਡ ਕੇ ਮੈਂ ਤਾਕਤ ਹਜ਼ਾਰਾਂ ਫੇਰਾਂ ਜੱਟਾਂ ਦਾ ਪੁੱਤ ਤੂਰ ਜੀ ਨਾ ਖੇੜਿਆਂ ਨੂੰ ਵੇਖ ਲੈ ਜੱਟੀ ਦਾ ਦਿਲ ਚੀਰਵੇ ਬੱਦਲਾਂ ਦੇ ਵਿੱਚ ਪੈਂਦਾ ਚੰਨ ਦਾ ਭੁਲੇਖਾ ਜਦੋਂ ਕੋਠੇ ਤੇ ਸਕਾਉਂਦੀਆਂ ਤੂੰ ਬਾਲ ਨੀ ਫਕਰਾਂ ਨੂੰ ਪੱਟ ਸੁੱਟਿਆ ਆਹ ਨੀ ਫਕਰਾਂ ਨੂੰ ਪੱਟ ਸੁੱਟਿਆ ਹਲ ਚੜਿਆ ਸੋਲਵਾਂ ਸਾਲ ਨੀ ਫਕਰਾਂ ਨੂੰ ਪੱਟ ਸੁੱਟਿਆ ਬੈਠੇ ਕਲਾਸ ਵਿੱਚ ਕਰੀ ਜਾਵਾਂ ਯਾਰ ਤੈਨੂੰ ਹੁਣ ਨੀ ਮੈਂ ਖੜਾ ਤੇਰਾ ਛੱਡਦਾ ਮੈਡਮਾਂ ਨੇ ਗੁੱਸੇ ਵਿੱਚ ਵਾਰਨਿੰਗ ਦਿੱਤੀ ਮੈਨੂੰ ਸਾਨੂੰ ਵੀ ਤਾਂ ਬਾਪੂ ਗਾਲਾਂ ਕੱਢਦਾ ਉਹਦੇ ਵਿੱਚ ਨੰਬਰ 17 ਉਹਦੇ ਮਸਾ ਤੇਰੇ ਮੇਰਾ ਬੰਦੇ ਦਾ ਕੱਖ ਨਾ ਰਹੇ ਪੂਰਾ ਰੰਗ ਦੇ ਕੇ ਪਾਏ ਤੇ ਪੁਹਾੜੇ ਮੇਰਾ ਬੰਦੇ ਦਾ ਕੱਖ ਨਾ ਰਹੇ
ਬੱਸਾਂ ਵਾਲੇ ਅੱਡੇ ਤੇ ਉਡੀਕਾਂ ਤੈਨੂੰ ਕਿਸੇ ਦੇ ਚੰਦਰੀ ਬਿਮਾਰੀ ਵੇ ਅੱਡਿਆਂ ਦਾ ਮਲਕ ਹੀ ਪੁੱਛਦਾ ਏ ਰੋਜ਼ ਮੈਨੂੰ ਸਭ ਤੋਂ ਨਿਭਾਉਣੀ ਔਖੀ ਯਾਰੀ ਵੇ ਮੈਨੂੰ ਵੀ ਤਰੀਕਾ ਦੱਸ ਚੰਨਾ ਵੇ ਗੁਰਾਇਆਂ ਦੇ ਆ ਕਿੱਦਾਂ ਤੇ ਫਸਾ ਲਿਆ ਮਾਲ ਨੀ ਫਕਰਾਂ ਨੂੰ ਪੱਟ ਸੁੱਟਿਆ ਆਹ ਨੀ ਫਕਰਾਂ ਨੂੰ ਪੱਟ ਸੁੱਟਿਆ ਹਲ ਚੜਿਆ ਸੋਲਵਾਂ ਸਾਲ ਨੀ ਫਕਰਾਂ ਨੂੰ ਪੱਟ ਸੁੱਟਿਆ ਮੈਨੂੰ ਵੀ ਸਹੇਲੀਆਂ ਇਹ ਪੁੱਛਦੀਆਂ ਕਈ ਵਾਰੀ ਦੱਸਦੇ ਬਸ਼ੱਕ ਐਵੇਂ ਡਰਨਾ ਬੀਬੀ ਜੀ ਦੇ ਕੋਲ ਜਾ ਕੇ ਕਰ ਤੂੰ ਸ਼ਿਕਾਇਤ ਕੋਈ ਸੜੀ ਜਾਵੇ ਬਿੱਲੋ ਜੀ ਨੇ ਸੜਨਾ ਲੱਗਦਾ ਹੈ ਡਰ ਕਿਤੇ ਸਦਰਾਂ ਦੀ ਮੇਰੀ ਸਾਰੀ ਟੁੱਪ ਜਾਣਾ ਦੇ ਵਿੱਚ ਘਾਰੇ ਮੇਰਾ ਬਥੇਰਾ ਕੱਖ ਨਾ ਰਹੇ ਪੂਰਾ ਰੰਗ ਦੇ ਕੇ ਪਾਏ ਤੇ ਪੁਹਾੜੇ ਮੇਰਾ ਬਥੇਰਾ ਕੱਖ ਨਾ ਰਹੇ ਲਾ ਵੀ ਦੋਸਤੋ ਗੱਲ ਨਹੀਂ ਆ ਵੀ ਤੁਹਾਡੇ ਮਤਲਬ ਦਾ ਗੀਤ ਟਰੱਕਾਂ ਵਾਲਿਆਂ ਤੇ ਇੱਕ ਮੈਂ ਪੇਸ਼ ਕਰ ਦਿੱਤਾ ਹੈ ਹੁਣ ਮੈਂ ਲਗਾਤਾਰ ਦੋ ਗੀਤ ਪੇਸ਼ ਕਰਾਂਗਾ ਕਿਸੇ ਸੱਜਣ ਨੇ ਉਹਨਾਂ ਚਿਰ ਬੋਲਣਾ ਨਹੀਂ ਬਈ ਮੈਂ ਆਪਣੇ ਦੋਸਤ ਪੰਮੀ ਦੀ ਫਰਮਾਇਸ਼ 'ਤੇ ਇੱਕ ਹੱਸਣ ਵਾਲੀ ਗੱਲਬਾਤ ਪੇਸ਼ ਕਰ ਰਿਹਾ ਜਿਹੜਾ ਧਿਆਨ ਦੇਣਾ ਪੰਮੀ ਵਰਗਾ ਹੀ ਇੱਕ ਮੇਰਾ ਦੋਸਤ ਸੀਗਾ ਕਿਸੇ ਪਿੰਡ ਦੇ ਵਿੱਚ ਉਹਦੇ ਘਰ ਵਾਲੀ ਫਿਲਮਾਂ ਦੇਖਣ ਦੀ ਬੜੀ ਸ਼ੌਕੀਨ ਸੀਗੀ ਉਹ ਕਹਿਣ ਲੱਗੀ ਜੀ ਮੈਂ ਤਾਂ ਧਰਮਿੰਦਰ ਅਤੇ ਹੇਮਾ ਮਾਲਿਨੀ ਦੀ ਫਿਲਮ ਦੇਖਣੀ ਹੈ ਸ਼ਹਿਰ 'ਚ ਲੱਗੀ ਹੈ ਚਲੋ ਮੇਰੇ ਨਾਲ ਜ਼ਰੂਰ ਲਓ ਜੀ ਸ਼ਹਿਰ ਆ ਗਏ ਫਿਲਮ ਚੱਲ ਰਹੀ ਹੈ ਧਰਮਿੰਦਰ ਦੀ ਅਤੇ ਹੇਮਾ ਮਾਲਿਨੀ ਦੀ ਉਹਦੇ ਵਿੱਚ ਇੱਕ ਸੀਨ ਆਇਆ ਹੇਮਾ ਮਾਲਿਨੀ ਘਾਹ ਦੇ ਉੱਤੇ ਫਸਟ ਕਲਾਸ ਜਗ੍ਹਾ 'ਤੇ ਲੇਟੀ ਪਈ ਆ ਧਰਮਿੰਦਰ ਲਾਗੇ ਬੈਠਾ ਉਹਨੂੰ ਪੁੱਛ ਰਿਹਾ ਡਾਰਲਿੰਗ ਆਪਕੋ ਮੇਰੀ ਆਂਖੋਂ ਮੈਂ ਕਿਆ ਦਿਖਾਈ ਦੇਤਾ ਹੈ ਉਹ ਥੱਲੇ ਪਈ ਕਹਿੰਦੀ ਆ ਆਪਕੀ ਆਂਖੇ ਇੱਕ ਝੀਲ ਕੀ ਤਰ੍ਹਾਂ ਗਹਿਰੀ ਨੀਲੀ ਨੀਲੀ ਦਿਲ ਚਾਹਤਾ ਇਸ ਮੈਂ ਡੂਬ ਜਾਊਂ ਲਓ ਜੀ ਫਿਲਮ ਖਤਮ ਹੋ ਗਈ ਉਹਨਾਂ ਨੂੰ ਉਹ ਸੀਨ ਬੜਾ ਪਸੰਦ ਆਇਆ ਰਾਹ 'ਚ ਤੁਰੇ ਆਉਂਦੇ ਆ ਪਿੰਡ ਨੂੰ ਜਾਣੀ ਕਿ ਆ ਰਹੇ ਨੇ ਰਾਹ ਦੇ ਵਿੱਚ ਆਪਦੇ ਘਰ ਵਾਲੀ ਨੂੰ ਕਹਿੰਦਾ ਲੈ ਸੁਣ ਲਾ ਭਾਗਵਾਨੇ ਅੱਜ ਤੂੰ ਬਣ ਜੀ ਹੇਮਾ ਮਾਲਣੀ ਅਤੇ ਮੈਂ ਬਣ ਜੂ ਧਰਮਿੰਦਰ ਅਤੇ ਮੈਂ ਤੇਰੀਆਂ ਅੱਖਾਂ 'ਚ ਅੱਖਾਂ ਗੱਡ ਕੇ ਉਵੇਂ ਹੀ ਪੁੱਛੂੰਗਾ ਦੱਸ ਗਿਆ ਨਹੀਂ ਤੈਨੂੰ ਮੇਰੀਆਂ ਅੱਖਾਂ 'ਚ ਕੀ ਦੀਦਾ ਅਤੇ ਤੂੰ ਅੱਗੋਂ ਆਖੀ ਜੀ ਤੁਹਾਡੀਆਂ ਅੱਖਾਂ ਨੀਲੀਆਂ ਨੀਲੀਆਂ ਦਿਲ ਮੇਰਾ ਕਰਦਾ ਇਹਨਾਂ 'ਚ ਡੁੱਬ ਜਾ ਆਂਦਾ ਬਸ ਠੀਕ ਆ ਲਓ ਜੀ ਘਰੇ ਆ ਗਏ ਆ ਕੇ ਜਵਾਕ ਸਦਿਆਂ ਹੀ ਸਵਾ ਤੇ ਉਹਨਾਂ ਨੇ ਅਤੇ ਜਦੋਂ ਜਵਾਕ ਸੌ ਗਏ ਨਾ ਅਤੇ ਮੰਜਾ ਲਾਗੇ ਖਿੱਚ ਕੇ ਘਰ ਵਾਲੀ ਨੂੰ ਉੱਤੇ ਲਟਾ ਲਿਆ ਆ ਬਾਈ 'ਤੇ ਬਹਿ ਗਿਆ ਹੱਥ ਜੇ ਆਸੇ ਪਾਸੇ ਜੇ ਰੱਖ ਕੇ ਉਹਦੇ ਅਤੇ ਉਹਦੀਆਂ ਅੱਖਾਂ 'ਚ ਅੱਖਾਂ ਕੱਢ ਲਈਆਂ ਉਹਨੂੰ ਆਹਦਾ ਦੱਸ ਕਹਿੰਦੀ ਤੈਨੂੰ ਮੇਰੀ ਅੱਖਾਂ 'ਚ ਕੀ ਦੀਦਾ ਉਹ ਵਿਚਾਰੀ ਭੁੱਲ ਗਈ ਆਂਦੀ ਜੀ ਮੈਨੂੰ ਤਾਂ ਤੁਹਾਡੀਆਂ ਅੱਖਾਂ 'ਚ ਕੁਛ ਨਹੀਂ ਦੀਦਾ ਫਿਟੇ ਮੂੰਹ ਤੇਰੇ ਜਿਹੜੀ ਗੱਲ ਮੈਂ ਰਾਹ 'ਚ ਦੱਸੀ ਸੀਗੀ ਤੈਨੂੰ ਵੀ ਤੂੰ ਉਹੀ ਆਖਣੀ ਆ ਦੱਸ ਤੈਨੂੰ ਮੇਰੀ ਅੱਖਾਂ 'ਚ ਕੀ ਦੀਦਾ ਉਹ ਘਬਰਾ ਗਈ ਵਿਚਾਰੀ ਹੋਰ ਤਾਂ ਸਾਰਾ ਕੁਛ ਭੁੱਲ ਗਈ ਆ ਨਹੀਂ ਜੀ ਮੈਨੂੰ ਤਾਂ ਤੁਹਾਡੀਆਂ ਅੱਖਾਂ 'ਚ ਗੇਡੀ ਦੀਦੀ ਹੋਰ ਕੁਛ ਨਹੀਂ ਦੀਦਾ ਲਓ ਜੀ ਬਾਈ ਜੀ ਤੁਹਾਡੀ ਸੇਵਾ ਵਿੱਚ ਮੈਂ ਅਖੀਰਲੇ ਦੋ ਗਾਣੇ ਪੇਸ਼ ਕਰ ਰਿਹਾ ਆ ਧਿਆਨ ਦੇਣਾ ਛੜੇ ਹਾਂ ਸ਼ਰੀਫ ਕਰ ਪਿੰਡੋ ਤਸਦੀਕ ਅਸੀਂ ਛੜੇ ਹਾਂ ਸ਼ਰੀਫ ਕਰ ਪਿੰਡੋ ਤਸਦੀਕ ਤੈਨੂੰ ਬਿਨਾਂ ਨੀ ਸਲਾਹ ਤੋਂ ਕੁਝ ਕਹਿਣਾ ਉਹਦੇ ਉਹ ਨਾ ਜਵਾਬ ਬੀਬੀ ਜੀ ਇੱਕ ਕਮਰਾ ਕਿਰਾਏ ਤੇ ਮੈਂ ਲੈਣਾ ਉਹਦੇ ਉਹ ਨਾ ਜਵਾਬ ਬੀਬੀ ਜੀ ਵੇਖੋ ਛੜਾ ਨੀ ਸ਼ਤਾਨ ਫਿਰ ਲੱਭਦਾ ਮਕਾਨ ਵੇਖੋ ਛੜਾ ਨੀ ਸ਼ਤਾਨ ਫਿਰ ਲੱਭਦਾ ਮਕਾਨ ਰੋਜ਼ ਗੇੜੇ ਤੇ ਮਾਰੇ ਦਾ ਗੇੜਾ ਮਹੱਲੇ ਤੇ ਜਲੰਧਰ ਦੇ ਵਿੱਚ ਕੋਈ ਨੀ ਸਾਡੇ ਵਰਗਾ ਸੁੱਚਾ ਤੀਵੀਆਂ ਵਾਲਿਆਂ ਨਾਲੋਂ ਸਾਡਾ ਬੜਾ ਕਰੈਕਟਰ ਉੱਚਾ ਤੀਵੀਆਂ ਵਾਲਿਆਂ ਨਾਲੋਂ ਸਾਡਾ ਬੜਾ ਕਰੈਕਟਰ ਉੱਚਾ ਦੇਣੇ ਨੌਕਰੀ ਕਰਾਂਗੇ ਤੇਰੇ ਘਰ ਨੀ ਵੜਾਂਗੇ ਐਵੇਂ ਰਾਤ ਨੂੰ ਘੜੀ ਕੀ ਆ ਕੇ ਪੈਣਾ ਉਹਦੇ ਉਹ ਨਾ ਜਵਾਬ ਬੀਬੀ ਜੀ ਇੱਕ ਕਮਰਾ ਕਿਰਾਏ ਤੇ ਮੈਂ ਲੈਣਾ ਉਹਦੇ ਉਹ ਨਾ ਜਵਾਬ ਬੀਬੀ ਜੀ
ਪਿਛਲੇ ਸਾਲ ਮੈਂ ਇੱਕ ਛੜੇ ਨੂੰ ਦੇ ਬੈਠੀ ਸੀ ਕਮਰਾ। ਤੇ ਫੇਰ ਕੀ ਹੋਇਆ ਬੀਬੀ? ਨਾਲ ਦੇ ਘਰ ਵਾਲੀ ਦੀ ਤੀਵੀ ਲੈ ਕੇ ਨਸ ਗਿਆ ਚੰਦਰਾ। ਬਈ ਇਹ ਤਾਂ ਛੜਿਆਂ ਦੀ ਮਾੜੀ ਆਦਤ ਆ, ਤੀਵੀ ਦਾ ਵਾਕੇ ਕੱਢ। ਹਾਣੀ ਰੱਬ ਤੇ ਲਿਖਾਈ ਜਾਨੇ ਆਪਣੀ ਬਚਾਈ, ਖਾਲੀ ਪਿਆਰਿਆ ਮਕਾਨ ਪਾਵੇ ਮੇਰਾ। ਬੀਬੀ ਤੂੰ ਅਡਵਾਂਸ ਕਰਾਇਆ, ਪਾਂਡੇ ਸੁੱਟਦੀ ਬਾਹਰ ਜੇ ਸਾਡਾ ਕੋਈ ਅਲਾਮਾ ਆਇਆ, ਪਾਂਡੇ ਸੁੱਟਦੀ ਬਾਹਰ ਜੇ ਸਾਡਾ ਕੋਈ ਅਲਾਮਾ ਆਇਆ। ਤੀਵੀਂ ਕੱਢ ਕੇ ਹਰਾਮੀ ਸਾਡੀ ਕਰ ਗਿਆ ਬਦਨਾਮੀ, ਕਿਸੇ ਛੜੇ ਤੇ ਯਕੀਨ ਨਹੀਂ ਉਹ ਰਹਿਣਾ, ਉਹ ਦਿਓ ਨਾ ਜਵਾਬ ਬੀਬੀ ਜੀ। ਇੱਕ ਕਮਰਾ ਕਿਰਾਏ ਤੇ ਮੈਂ ਲੈਣਾ, ਉਹ ਦਿਓ ਨਾ ਜਵਾਬ ਬੀਬੀ ਜੀ। ਛੜਿਆਂ ਨੂੰ ਕਮਰਾ ਨਹੀਂ ਦੇਣਾ ਲਿਖ ਕੇ ਬਾਹਰ ਲਗਾਇਆ। ਕਿੱਥੇ ਲੈ ਕੇ ਲਾਇਆ ਬੀਬੀ, ਮੈਨੂੰ ਵੀ ਪਤਾ ਲੱਗੇ। ਚੰਨ ਬੁਰਾਇਆ ਵਾਲਿਆ ਮੁਰਦਾ ਜਾ ਤੋ ਰੋਲਾ ਪਾਇਆ, ਕਹਾ ਸੱਚੀ ਗੱਲ ਤੈਨੂੰ ਡਰ ਲੱਗਦਾ ਹੈ ਮੈਨੂੰ, ਦੱਸ ਕਰਾਂ ਮੈਂ ਯਕੀਨ ਕਿਵੇਂ ਤੇਰਾ, ਮਹੱਲੇ ਚ ਕਬੀਲਦਾਰ ਨੀ ਇਹਨੂੰ ਦੇ ਦੂਗਾ ਮਕਾਨ, ਦੱਸ ਕਿਹੜਾ ਮਹੱਲੇ ਚ ਕਬੀਲ। ਭਾਬੀ ਮੈਨੂੰ ਸੱਦ ਲੈ ਸ਼ਤਾਬੀ, ਕੁੜੀ ਵੇਖ ਕੇ ਭਾਬੀ ਮੈਨੂੰ ਸੱਦ ਲੈ ਸ਼ਤਾਬੀ, ਮਰ ਜਾਵਾਂ ਨਾ ਕੁਵਾਰਾ ਤੂੰ ਬਚਾ ਲੈ, ਮਰ ਜਾਵਾਂ ਨਾ ਕੁਵਾਰਾ ਤੂੰ ਬਚਾ ਲੈ। ਨੀ ਭਾਬੀ ਤੇਰਾ ਪੁੰਨ ਹੋਊਗਾ, ਨੀ ਭਾਬੀ ਤੇਰਾ ਪੁੰਨ ਹੋਊਗਾ, ਨੀ ਛੋਟੇ ਦਿਓਰ ਨੂੰ ਵਲੈਤ ਚ ਬੁਲਾ ਲੈ, ਨੀ ਭਾਬੀ ਤੇਰਾ ਪੁੰਨ ਹੋਊਗਾ। ਰਾਤ ਨੂੰ ਨੀ ਆਉਂਦੀ ਬੁਰਾ ਮਿੱਤਰਾਂ ਦਾ ਹਾਲ ਤਾਂ ਹਮਾਰ ਮਾਰ, ਭਾਬੀ ਮਸਾ ਕੱਟਿਆ ਸਿਆਲ। ਨੀਂਦ ਰਾਤ ਨੂੰ ਨੀ ਆਉਂਦੀ ਬੁਰਾ ਮਿੱਤਰਾਂ ਦਾ ਹਾਲ ਤਾਂ ਹਮਾਰ ਮਾਰ, ਭਾਬੀ ਮਸਾ ਕੱਟਿਆ ਸਿਆਲ। ਛੇਤੀ ਰੱਖ ਕੇ ਕਰਾਇਆ ਤੂੰ ਬੁਲਾ ਲੈ, ਉਹ ਛੇਤੀ ਰੱਖ ਕੇ ਕਰਾਇਆ ਤੂੰ ਬੁਲਾ ਲੈ, ਨੀ ਭਾਬੀ ਤੇਰਾ ਪੁੰਨ ਹੋਊਗਾ, ਨੀ ਭਾਬੀ ਤੇਰਾ ਪੁੰਨ ਹੋਊਗਾ, ਨੀ ਛੋਟੇ ਦਿਓਰ ਨੂੰ ਬੁਲਾ ਤੇ ਜੇ ਬੁਲਾ ਲੈ, ਨੀ ਭਾਬੀ ਤੇਰਾ ਪੁੰਨ ਹੋਊਗਾ। ਬੜੀਆਂ ਸ਼ਤਾਨ ਬੀਅਰ ਮੁੰਡਿਆਂ ਨਾ ਪੀਣ ਲਈ ਕਲੱਬਾਂ ਵਿੱਚ ਜਾਣ, ਬਿਨਾਂ ਬਿਜਲੀ ਤੋਂ ਟਿਊਬ ਜਗਾ ਲੈ, ਬਿਨਾਂ ਬਿਜਲੀ ਤੋਂ ਟਿਊਬ ਜਗਾ ਲੈ, ਪੈਸੇ ਦੀ ਨੇ ਕਹੇ ਭੇਜ ਦੂੰ, ਪੈਸੇ ਦੀ ਨੇ ਕਹੇ ਭੇਜ ਦੂੰ, ਮੈਂ ਕੋਈ ਪਿੰਡ ਦੇ ਅਪੁਰ ਦਾ ਪਤਾਲ, ਪੈਸੇ ਦੀ ਨੇ ਕਹੇ ਭੇਜ ਦੂੰ। ਆਪਣੇ ਦਾ ਭਾਬੀ ਤੂੰ ਉਲਾ ਮਸੀ ਰੋਲਾ ਦੇ, ਕਿਸੇ ਬੁੱਢੀ ਮੇਮ ਨਾਲ ਲਵ ਮੈਰਿਜ ਕਰਾ ਦੇ। ਜੋਰੇ ਆਪਣੇ ਦਾ ਭਾਬੀ ਤੂੰ ਉਲਾ ਮਸੀ ਰੋਲਾ ਦੇ, ਕਿਸੇ ਬੁੱਢੀ ਮੇਮ ਨਾਲ ਲਵ ਮੈਰਿਜ ਕਰਾ ਦੇ।
ਤੈਨੂੰ ਦੇਾਂਗੇ ਅਸੀਂ ਸਗਲ ਲਾ ਲੈ ਉਹ ਤੈਨੂੰ ਦੇਾਂਗੇ ਅਸੀਂ ਸਗਲ ਲਾ ਲੈ ਨੀ ਭਾਬੀ ਤੇਰਾ ਪੁੰਨ ਹੋਊਗਾ ਨੀ ਭਾਬੀ ਤੇਰਾ ਪੁੰਨ ਹੋਊਗਾ ਨੀ ਛੋਟੇ ਦਿਓਰ ਨੂੰ ਵਲੈਤ ਚ ਬੁਲਾ ਲੈ ਨੀ ਭਾਬੀ ਤੇਰਾ ਪੁੰਨ ਹੋਊਗਾ ਮੈਂ ਕਿਹਾ ਭਾਨੋ ਨਾ ਮੈਂ ਕਿਹਾ ਕਦੇ ਭਾਨੋ ਕਹਿ ਦਿੰਦੇ ਹੋ ਕਦੇ ਪੰਮੀ ਕਹਿ ਦਿੰਦੇ ਹੋ ਨਾ ਮੇਰਾ ਪੰਮੀ ਆ ਅਸਲੀ ਨਾਂ ਲਿਆ ਕਰੋ ਮੈਨੂੰ ਪਤਾ ਮੈਂ ਤਾਂ ਲਾੜ ਨਾ ਕਹਿ ਦਿੰਦਾ ਭਾਨੋ ਉਹ ਗੱਲ ਨਹੀਂ ਵੀ ਆਪਾਂ ਲੇਟ ਹੋ ਗਏ ਤੇ ਤੂੰ ਕੀ ਕਿਹੜੇ ਸੁਪਨੇ ਲਈ ਜਾਂਦੀ ਆ ਹਾਏ 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 ਕਿੱਥੇ ਜਗਾਤਾ ਕਿਉਂ ਉਹ ਮੈਂ ਬੜੇ ਸੁਪਨੇ ਲਈ ਜਾਂਦੀ ਸੀ ਤੁਸੀਂ ਫੌਜੀ ਬਣੇ ਸੀ ਮੈਂ ਵੋਟੀ ਬਣੀ ਸੀ ਬਸ ਗੱਲ ਹੀ ਚੱਲ ਛੱਡ ਹੁਣ ਤੂੰ ਅੱਗੇ ਨਾਲ ਗੱਲ ਕਰ ਬਾਕੀ ਗੱਡੀ ਸੁਣ ਲਾਂਗੇ ਵੀ ਸੁਣਨਾ ਤੈਨੂੰ ਕਿਹੜਾ ਆ ਆਪਾਂ ਲੇਟ ਹੋ ਗਏ ਯਾਰ ਬੋਰ ਪਹੁੰਚਣਾ ਪ੍ਰੋਗਰਾਮ ਤੇ ਚੰਗਾ ਚੰਗਾ ਫਟਾਫਟ ਕਰਦੀ ਆ ਮੈਂ ਦੇਰ ਹੋ ਗਈ ਹਾਂ ਹਾਂ ਹਾਂ